ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਦੋਸਤੋ ਅੱਜ ਆਪਾਂ ਫੇਰ ਗੱਲਬਾਤ ਕਰਾਂਗੇ ਬਾਸਮਤੀ ਦੇ ਵੱਖ-ਵੱਖ ਮੰਡੀਆਂ ਦੇ ਰੇਟਾਂ ਬਾਰੇ। ਕਿਹੜੀ ਮੰਡੀ 'ਚ ਕੀ ਰੇਟ ਲੱਗਿਆ। ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਮਤਲਬ ਵਾਤ ਸ਼ੇਅਰ ਕਰ ਦਿਓ ਜੀ। ਤਾਂ ਜੋ ਤੁਹਾਨੂੰ ਨਵੀਆਂ ਅਪਡੇਟਸ ਮਿਲਦੀਆਂ ਰਹਿਣ। ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੋਟਕਪੂਰਾ ਮੰਡੀ ਦੀ ਜਿੱਥੇ 1847 3250 ਰੁਪਏ ਵੇਚੀ ਹੈ ਜੀ। 1699 ਦੀ ਜੇਕਰ ਗੱਲ ਕਰੀਏ 3435 ਰੁਪਏ ਤੋਂ ਲੈ ਕੇ 3600 ਰੁਪਏ ਤੱਕ ਵਿਕੀ ਹੈ 1509 3495 ਰੁਪਏ ਤੋਂ ਲੈ ਕੇ 3635 ਰੁਪਏ ਵਿਕੀ ਹੈ ਅੱਗੇ ਜੇਕਰ ਆਪਾਂ ਗੱਲ ਕਰੀਏ ਗੋਹਾਣਾ ਮੰਡੀ ਦੀ 1509 3491 ਰੁਪਏ ਤੋਂ ਲੈ ਕੇ 3767 ਰੁਪਏ ਵਿਕੀ ਹੈ 1847 3100 ਰੁਪਏ ਤੋਂ ਲੈ ਕੇ 3600 ਰੁਪਏ ਤੱਕ ਵਿਕੀ ਹੈ ਅੱਗੇ ਟੋਹਾਣਾ ਮੰਡੀ ਦੀ ਗੱਲ ਕਰੀਏ 1509 3700 ਰੁਪਏ ਨੂੰ ਵਿਕੀ ਆ 1847 3300 ਰੁਪਏ ਨੂੰ ਵਿਕੀ ਆ ਅੱਗੇ ਸਫੀਦੋ ਮੰਡੀ ਦੀ ਗੱਲ ਕਰੀਏ 1509 3486 ਰੁਪਏ ਤੋਂ ਲੈ ਕੇ 3961 ਰੁਪਏ ਵਿਕੀ ਆ ਜੀ 1847 3100 ਰੁਪਏ ਤੋਂ ਲੈ ਕੇ 3600 ਰੁਪਏ ਤੱਕ ਵਿਕੀ ਆ ਅੱਗੇ ਸਰਸਾ ਮੰਡੀ ਦੀ ਗੱਲ ਕਰੀਏ 1509 3100 ਰੁਪਏ ਤੋਂ ਲੈ ਕੇ 3491 ਰੁਪਏ ਵੀ ਕੀ ਹੈ ਸਮਾਣਾ ਮੰਡੀ 1509 3700 ਰੁਪਏ ਤੋਂ ਲੈ ਕੇ 3755 ਰੁਪਏ ਤੱਕ ਵਿਕੀ ਹੈ 1847 3300 ਰੁਪਏ ਰਾਜਪੁਰਾ ਦੀ ਗੱਲ ਕਰੀਏ 1847 3060 ਰੁਪਏ ਤੋਂ ਲੈ ਕੇ 3260 ਰੁਪਏ ਵਿਕੀ ਹੈ 1509 3500 ਰੁਪਏ ਤੋਂ ਲੈ ਕੇ 3640 ਰੁਪਏ ਵਿਕੀ ਹੈ ਅੱਗੇ ਰਾਣੀਆਂ ਮੰਡੀ ਦੀ ਗੱਲ ਕਰੀਏ 1509 3505 ਰੁਪਏ ਵਿਕੀ ਆ 1847 3225 ਰੁਪਏ ਵਿਕੀ ਆ ਅੱਗੇ ਜੇਕਰ ਜੰਡਿਆਲਾ ਗੁਰੂ ਦੀ ਗੱਲ ਕਰੀਏ 1509 3250 ਰੁਪਏ ਤੋਂ ਲੈ ਕੇ 3650 ਰੁਪਏ ਤੱਕ ਵਿਕੀ ਆ 1847 2760 ਰੁਪਏ ਤੋਂ ਲੈ ਕੇ 3130 ਰੁਪਏ ਤੱਕ ਵਿਕੀ ਆ ਅੱਗੇ ਰਤਿਆ ਮੰਡੀ ਦੀ ਗੱਲ ਕਰੀਏ 1847 3231 ਰੁਪਏ ਵਿਕੀ ਹੈ 1509 3630 ਰੁਪਏ ਵਿਕੀ ਹੈ ਅੱਗੇ ਨਰੇਲਾ ਮੰਡੀ ਦੀ ਗੱਲ ਕਰੀਏ 1509 3375 ਰੁਪਏ ਵਿਕੀ ਹੈ 3375 ਰੁਪਏ ਤੋਂ ਲੈ ਕੇ 3700 ਰੁਪਏ ਤੱਕ ਵਿਕੀ ਹੈ 1847 3200 ਰੁਪਏ ਤੱਕ ਵਿਕੀ ਹੈ ਅੱਗੇ ਜੇਕਰ ਆਪਾਂ ਗੱਲ ਕਰੀਏ ਕਨੌਰ ਮੰਡੀ ਦੀ 1847 3201 ਰੁਪਏ ਵਿਕੀ ਹੈ 1509 3631 ਰੁਪਏ ਵਿਕੀ ਹੈ 1886 3900 ਰੁਪਏ ਵਿਕੀ ਹੈ ਅੱਗੇ ਬਟਾਲਾ ਦੀ ਜੇਕਰ ਗੱਲ ਕਰੀਏ 1509 3425 ਰੁਪਏ ਵਿਕੀ ਹੈ 1847 3000 ਰੁਪਏ ਵਿਕੀ ਹੈ ਸ਼੍ਰੀ ਅਮਰੀਕ ਸਰ ਸਾਹਿਬ ਦੀ ਗੱਲ ਕਰੀਏ 1509 3350 3350 ਰੁਪਏ ਵਿਕੀ ਹੈ 1847 ਨ 300 ਰੁਪਏ ਤੋਂ ਲੈ ਕੇ 3195 ਰੁਪਏ ਤੱਕ ਵਿਕੀ ਹੈ ਇਹ ਸੀ ਅੱਜ ਦੀ ਮੰਡੀਆਂ ਦੇ ਪਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ